ਬਾਪ ਅਤੇ ਬੇਟੇ ਅਤੇ ਰੂਹ ਪਾਕ ਦੇ ਨਾਂ ਦੇ ਉੱਤੇ ਆਮੀਨ। ਸਾਰੇ ਦੋਸਤਾਂ ਨੂੰ ਜੈ ਯਿਸੂ ਮਸੀਹ ਦੀ। ਪਿਆਰੇ ਦੋਸਤੋ, ਆਓ ਅਸੀਂ ਅੱਜ ਵਚਨ ਦੇ ਉੱਤੇ ਧਿਆਨ ਕਰੀਏ। ਅੱਜ ਦਾ ਪਹਿਲਾ ਪਾਠ ਯਸ਼ਾਇਆ ਨਬੀ ਦੀ ਪੁਸਤਕ ਉਹਦਾ 7ਵਾਂ ਅਧਿਆਇ 1 ਤੋਂ ਲੈ ਕੇ 9 ਆਇਤ ਤੱਕ, ਅੱਜ ਦੀ ਅੰਜੀਲ ਮੱਤੀ ਦੀ ਉਹਦਾ 11ਵਾਂ ਅਧਿਆਇ 20 ਤੋਂ ਲੈ ਕੇ 24 ਆਇਤ ਤੱਕ। ਪਿਆਰੇ ਦੋਸਤੋ, ਕਦੀ ਤੁਸੀਂ ਇਸ ਗੱਲ ਦੇ ਉੱਤੇ ਗੌਰ ਕੀਤੀ ਹੈ ਕਿ ਮੇਰੀ ਜ਼ਿੰਦਗੀ ਦੇ ਵਿੱਚ ਜੋ ਬਿਮਾਰੀ ਆਈ ਹੈ ਕਿਉਂ ਆਈ ਹੈ, ਕਿਉਂ ਮੇਰੀ ਜ਼ਿੰਦਗੀ ਦੇ ਵਿੱਚ ਇਹ ਤਕਲੀਫ ਆਈ ਹੈ? ਹੋ ਸਕਦਾ ਹੈ ਕਿ ਇਸ ਤਕਲੀਫ ਦੇ ਪਿੱਛੇ ਜਾਂ ਇਸ ਦੁੱਖ ਦੇ ਪਿੱਛੇ ਕੋਈ ਬਹੁਤ ਵੱਡੀ ਬਰਕਤ ਲੁਕੀ ਹੈ। ਅਸੀਂ ਕੀ ਕਰਦੇ ਹਾਂ, ਜ਼ਿਆਦਾਤਰ ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਬਿਮਾਰੀ ਆ ਜਾਂਦੀ ਹੈ, ਜਦੋਂ ਵੀ ਸਾਡੀ ਜ਼ਿੰਦਗੀ ਦੇ ਵਿੱਚ ਤਕਲੀਫ ਆ ਜਾਂਦੀ ਹੈ, ਤਾਂ ਅਸੀਂ ਸਭ ਤੋਂ ਪਹਿਲਾਂ ਇਹੋ ਦੁਆ ਕਰਦੇ ਹਾਂ ਕਿ ਹੇ ਪ੍ਰਭੂ ਮੈਨੂੰ ਚੰਗਾ ਕਰ ਦੇ, ਹੇ ਪ੍ਰਭੂ ਮੈਨੂੰ ਤੰਦਰੁਸਤੀ ਦਾ ਵਰਦਾਨ ਦੇ ਦੇ। ਅਤੇ ਬਹੁਤ ਵਾਰੀ ਅਸੀਂ ਥਾਵਾਂ ਬਦਲਦੇ ਹਾਂ ਕਿ ਜੇਕਰ ਇੱਥੋਂ ਚੰਗਿਆਈ ਨਹੀਂ ਮਿਲੀ ਤਾਂ ਅਸੀਂ ਦੂਜੀ ਜਗ੍ਹਾ ਦੇ ਉੱਤੇ, ਜੇ ਉੱਥੋਂ ਵੀ ਨਹੀਂ ਮਿਲੀ ਫਿਰ ਅਸੀਂ ਤੀਜੀ ਜਗ੍ਹਾ ਦੇ ਉੱਤੇ। ਲੇਕਿਨ ਅਸੀਂ ਇਹਦੇ ਉੱਤੇ ਗੌਰ ਨਹੀਂ ਕਰਦੇ ਹਾਂ ਕਿ ਕਿਉਂ ਮੇਰੀ ਜ਼ਿੰਦਗੀ ਦੇ ਵਿੱਚ ਇਹ ਬਿਮਾਰੀ ਜਾਂ ਤਕਲੀਫ ਆਈ ਹੈ। ਅੱਜ ਦੀ ਅੰਜੀਲ ਦੇ ਵਿੱਚ ਪ੍ਰਭੂ ਯਿਸੂ ਮਸੀਹ ਲੋਕਾਂ ਨੂੰ ਕਹਿੰਦਾ ਹੈ, ਕੀ ਕਹਿੰਦਾ ਹੈ ਕਿ ਧਿਕਾਰ ਹੈ ਕਿ ਤੁਸੀਂ ਜੋ ਚਮਤਕਾਰ ਭਾਲਦੇ ਹੋ, ਲੇਕਿਨ ਤੁਸੀਂ ਚਮਤਕਾਰਾਂ ਨੂੰ ਦੇਖ ਕੇ ਵੀ ਆਪਣੇ ਆਪ ਨੂੰ ਬਦਲਦੇ ਨਹੀਂ ਹੋ। ਜੇਕਰ ਅਸੀਂ ਆਪਣਾ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਦੇਖੀਏ, ਅਖਬਾਰਾਂ ਨੂੰ ਪੜ੍ਹੀਏ, ਤਾਂ ਸਾਨੂੰ ਪਤਾ ਲੱਗੇਗਾ ਕਿ ਸਾਡੀ ਜ਼ਿੰਦਗੀ ਚਮਤਕਾਰ ਹੈ। ਸਾਡੀ ਜ਼ਿੰਦਗੀ ਦੇ ਵਿੱਚ ਕਿੰਨੇ ਕਿੰਨੇ ਵੱਡੇ ਚਮਤਕਾਰ ਨੇ। ਸਵੇਰੇ ਉੱਠਣਾ ਹੀ ਸਾਡੀ ਜ਼ਿੰਦਗੀ ਦੇ ਵਿੱਚ ਵੱਡਾ ਚਮਤਕਾਰ ਹੈ। ਸਾਹ ਲੈਣਾ ਸਾਡੀ ਜ਼ਿੰਦਗੀ ਦੇ ਵਿੱਚ ਵੱਡਾ ਚਮਤਕਾਰ ਹੈ। ਲੋਕ ਹਸਪਤਾਲਾਂ ਦੇ ਵਿੱਚ ਕਰੋਨਾ ਦੇ ਨਾਲ ਮਰਨ ਦੇ ਨੇ, ਅਸੀਂ ਜੀਂਦੇ ਜਾਗਦੇ ਹਾਂ, ਚਮਤਕਾਰ ਹੈ। ਅਸੀਂ ਸ਼ੁਕਰਗੁਜ਼ਾਰੀ ਕਰਨੀ ਹੈ। ਅਤੇ ਜੇਕਰ ਪ੍ਰਭੂ ਦੀ ਮਰਜ਼ੀ ਦੇ ਨਾਲ ਸਾਡੀ ਜੀਵਨ ਵਿੱਚ ਦੁੱਖ ਤਕਲੀਫ ਆਈ ਵੀ ਹੈ, ਤਾਂ ਅਸੀਂ ਉਹਦੇ ਲਈ ਸ਼ੁਕਰਗੁਜ਼ਾਰੀ ਕਰਨੀ ਹੈ। ਕਿਉਂਕਿ ਹੋ ਸਕਦਾ ਹੈ ਕਿ ਇਹ ਪ੍ਰਭੂ ਦੀ ਯੋਜਨਾ ਹੋਵੇ, ਮਰਜ਼ੀ ਹੋਵੇ ਕਿ ਅਸੀਂ ਦੁੱਖ ਸਹੀਏ ਆਪਣੇ ਜੀਵਨ ਦੇ ਵਿੱਚ ਬਿਹਤਰੀ ਦੇ ਵਾਸਤੇ, ਜਾਂ ਕਿਸੇ ਹੋਰ ਦੇ ਜੀਵਨ ਦੇ ਵਿੱਚ ਬਿਹਤਰੀ ਵਾਸਤੇ ਪ੍ਰਭੂ ਸਾਨੂੰ ਦੁੱਖ ਦਿੰਦਾ ਹੈ। ਅਤੇ ਕਈ ਵਾਰੀ ਅਸੀਂ ਆਪਣੇ ਹੀ ਪਾਪਾਂ ਦਾ ਕੁਫਾਰਾ ਕਰਨ ਦੇ ਲਈ ਦੁੱਖ ਸਹਿਣ ਕਰਦੇ ਹਾਂ। ਅਤੇ ਇਸ ਕਰਕੇ ਪਿਆਰੇ ਭਰਾਓ ਅਤੇ ਭੈਣੋ, ਅੱਜ ਅਸੀਂ ਇਸ ਗੱਲ ਨੂੰ ਯਾਦ ਰੱਖੀਏ ਕਿ ਜਦੋਂ ਸਾਡੀ ਜ਼ਿੰਦਗੀ ਵਿੱਚ ਦੁੱਖ ਤਕਲੀਫ ਆਉਂਦੀ ਹੈ, ਇਹ ਪ੍ਰਭੂ ਦੀ ਮਰਜ਼ੀ ਦੇ ਨਾਲ ਆਉਂਦੀ ਹੈ। ਅਤੇ ਪ੍ਰਭੂ ਕਈ ਵਾਰੀ ਸਾਡੇ ਤੋਂ ਚਾਹੁੰਦਾ ਹੈ ਕਿ ਅਸੀਂ ਦੁੱਖਾਂ ਦਾ ਉਹ ਪਿਆਲਾ ਪੀਏ, ਦੁੱਖਾਂ ਦੇ ਵਿੱਚੋਂ ਦੀ ਲੰਘੀਏ, ਆਪਣੇ ਰੋਜ਼ ਦੀ ਸਲੀਬ 'ਚ ਉਠਾ ਕੇ ਯਿਸੂ ਦੇ ਪਿੱਛੇ ਚੱਲੀਏ। ਪ੍ਰਭੂ ਸਾਡੇ ਤੋਂ ਇਹ ਮੰਗ ਕਰਦਾ ਹੈ। ਅਤੇ ਅੱਜ ਪਾਕਮਾ ਕਲੀਸੀਆ ਸੰਤ ਕਮੇਲੀਅਸ ਦੀ ਈਦ ਮਨਾਉਂਦੀ ਹੈ। ਪਿਆਰੇ, ਇਹ ਉਹ ਸੰਤ ਹੈ ਜਿਸ ਦਾ ਬਚਪਨ ਵਿੱਚ ਹੀ ਉਸਦੇ ਮਾਪੇ ਗੁਜ਼ਰ ਗਏ ਅਤੇ ਬਚਪਨ ਵਿੱਚ ਉਹ ਮਾੜੀ ਸੰਗਤ ਵਿੱਚ ਪੈ ਗਿਆ। ਲੇਕਿਨ 26 ਸਾਲ ਦੀ ਉਮਰ ਦੇ ਵਿੱਚ ਉਸ ਨੂੰ ਜਦੋਂ ਹਸਪਤਾਲਾਂ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਕਿ ਉਹਦਾ ਜੀਵਨ ਬਦਲ ਗਿਆ। ਉਸਨੇ ਗਰੀਬਾਂ ਦੀ, ਲਾਚਾਰਾਂ ਦੀ, ਬਿਮਾਰਾਂ ਦੀ ਇਸ ਤਰ੍ਹਾਂ ਸੇਵਾ ਕੀਤੀ ਕਿ ਜਿਸ ਤਰ੍ਹਾਂ ਉਹਦੇ ਆਪਣੇ ਮਾਪੇ ਹੋਣ, ਬੜੇ ਹੀ ਪਿਆਰ ਦੇ ਨਾਲ। ਅਤੇ ਉਸਦਾ ਵਾਹ ਉੱਥੇ ਸੰਤ ਫਿਲਿਪ ਨੇਰੀ ਨਾਲ ਪਿਆ, ਜਿਸ ਨੇ ਉਸਦੇ ਜੀਵਨ ਨੂੰ ਦੇਖ ਕੇ ਉਸ ਨੂੰ ਲਤੀਨੀ ਭਾਸ਼ਾ ਸਿੱਖਣ ਦੇ ਲਈ ਪ੍ਰੇਰਿਤ ਕੀਤਾ ਅਤੇ ਬਾਅਦ ਵਿੱਚ ਉਸ ਨੂੰ ਪੁਰੋਹਿਤ ਬਣ ਕੇ ਸੇਵਾ ਕਰਨ ਦਾ ਵੀ ਮੌਕਾ ਮਿਲਿਆ। ਅਤੇ ਅੱਜ ਉਹਨਾਂ ਦੁਆਰਾ ਚਲਾਈ ਹੋਈ ਜਮਾਤ ਪੂਰੀ ਦੁਨੀਆ ਵਿੱਚ ਫੇਮਸ ਹੈ, ਜਿਸ ਨੂੰ ਕਮੇਲੀਅਸ ਕਹਿੰਦੇ ਹਨ। ਅਤੇ ਪਿਆਰਿਓ, ਇਹਨਾਂ ਦਾ ਮੁੱਖ ਉਦੇਸ਼ ਇਹੋ ਸੀ ਕਿ ਹਰ ਇੱਕ ਬਿਮਾਰ ਮਸੀਹ ਵਿੱਚ ਹੋ ਕੇ ਮਰੇ, ਹਰ ਇੱਕ ਵਿਸ਼ਵਾਸੀ ਪ੍ਰਭੂ ਯਿਸੂ ਮਸੀਹ ਦੇ ਵਚਨ ਦੇ ਵਿੱਚ ਹੋ ਕੇ ਮਰੇ। ਆਓ ਅਸੀਂ ਅੱਜ ਪ੍ਰਭੂ ਦਾ ਸ਼ੁਕਰ ਕਰੀਏ, ਅੱਖਾਂ ਨੂੰ ਬੰਦ ਕਰੀਏ, ਹੱਥਾਂ ਨੂੰ ਜੋੜੀਏ। ਪਿਆਰੇ ਖੁਦਾਵੰਦ, ਅੱਜ ਦੇ ਵਚਨ ਦੇ ਲਈ ਅਸੀਂ ਤੇਰਾ ਧੰਨਵਾਦ ਕਰਦੇ ਹਾਂ। ਹੇ ਪ੍ਰਭੂ, ਸਾਨੂੰ ਤੇਰੇ ਵਚਨ ਅਨੁਸਾਰ ਜੀਵਨ ਗੁਜ਼ਾਰਨ ਦੀ ਸ਼ਕਤੀ ਦਿਓ, ਅਤੇ ਖਾਸ ਕਰਕੇ ਸਾਨੂੰ ਵੀ ਸੰਤ ਕਮੇਲੀਅਸ ਦੇ ਵਾਂਗ ਬਿਮਾਰਾਂ ਦੀ, ਲਾਚਾਰਾਂ ਦੀ ਸੇਵਾ ਕਰਨ ਦੇ ਲਈ ਵੀ ਵਰਦਾਨ ਦਿਓ। ਮੰਗਦੇ ਹਾਂ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ, ਆਮੀਨ।